ਬਟਾਲਾ ਪੁਲਿਸ ਵੱਲੋਂ ਖਾਲਿਸਤਾਨੀ ਪੱਖੀ ਤਿੰਨ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਈ ਜੀ ਬਾਰਡਰ ਰੇਂਜ ਐਸ ਪੀ ਪਰਮਾਰ ਨੇ ਦੱਸਿਆ ਹੈ ਕਿ ਫੜੇ ਗਏ ਤਿੰਨੋਂ ਖਾਲਿਸਤਾਨੀ ਸਮਰਥਕਾਂ ਦੀ ਸ਼ਨਾਖਤ ਧਰਮਿੰਦਰ ਸਿੰਘ ਕਮਾਂਡੋ ਕਿਰਪਾਲ ਸਿੰਘ ਅਤੇ ਰਵਿੰਦਰ ਸਿੰਘ ਰਾਜਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਤਿੰਨੇ ਨੌਜਵਾਨ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਵਿੱਚ ਸਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹਨਾਂ ਨੂੰ ਸਾਰੀ ਫੰਡਿੰਗ ਵਿਦੇਸ਼ਾਂ ਵਿੱਚ ਬੈਠੇ ਗਰਮ ਖਿਆਲੀ ਆਗੂ ਹੀ ਕਰ ਰਹੇ ਹਨ। ਪੁਲਿਸ ਦੇ ਮੁਤਾਬਕ ਇਹਨਾਂ ਗਰਮ ਖਿਆਲੀ ਨੌਜਵਾਨਾਂ ਨੇ ਬਟਾਲਾ ਇਲਾਕੇ ਵਿੱਚ ਠੇਕੇ ਨੂੰ ਸਾੜਨ ਅਤੇ ਹੋਰ ਵੱਡੇ ਪੱਧਰ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਗਾ ਕੇ ਕਾਰਵਾਈਆਂ ਨੂੰ ਅੰਜਾਮ ਦੇਣਾ ਸੀ। ਉਨ੍ਹਾਂ ਕਿਹਾ ਕਿ ਇਹਨਾਂ ਦੀ ਘੱਲੂਘਾਰਾ ਹਫ਼ਤੇ ਦੇ ਦੌਰਾਨ ਨੌਜਵਾਨਾਂ ਨੂੰ ਭੜਕਾਉਣ ਅਤੇ ਉਕਸਾਉਣ ਦੀ ਖਤਰਨਾਕ ਰਣਨੀਤੀ ਸੀ। ਬਟਾਲਾ ਪੁਲਿਸ ਨੇ ਤਿੰਨ ਯੂਥ ਪਕੜੇ ਨੇ ਜਿਹੜੇ ਹਾਈਲੀ ਰੈਡੀਕਲਾਈਜ਼ ਸੀਗੇ। ਇਹ ਜਿਹੜੇ ਤਿੰਨ ਸੈਕਸ਼ਨ ਨੇ, ਗੁਰਪਤਵੰਤ ਸਿੰਘ ਪੰਨੂ, ਇਹ ਹੈਗਾ ਸਿੱਖਸ ਫਾਰ ਜਸਟਿਸ ਦਾ, ਪਰਮਜੀਤ ਸਿੰਘ ਪੰਮਾ, ਮਾਨ ਸਿੰਘ ਐਂਡ ਦੀਪ ਕੌਰ ਫਰੋਮ ਮਲੇਸ਼ੀਆ। ਇਹਨਾਂ ਦੇ ਦੇ ਆਰ ਇਨ ਕੰਟੈਕਟ ਵਿਦ ਦੀਜ ਪਰਸਨਸ ਫਰੋਮ ਅਬਰੋਡ। ਇਹ ਸਿੱਖਸ ਫਾਰ ਜਸਟਿਸ ਵਾਜ਼ ਫੰਡਿੰਗ ਇਟ। ਇਹ ਤਿੰਨੇ ਜਿਹੜੇ ਬੰਦੇ ਫੜੇ ਨੇ, ਇਹਨਾਂ ਕੋਲੋਂ ਇੱਕ 32 ਬੋਰ ਦਾ ਰਿਵਾਲਵਰ ਮਿਲਿਆ, ਇੱਕ 30 ਬੋਰ ਦਾ ਰਿਵਾਲਵਰ ਮਿਲਿਆ ਨਾ ਵਿਦ ਐਮੂਨੇਸ਼ਨ ਐਂਡ ਆਲ ਦੈਟ, ਅਤੇ ਤੀਸਰਾ ਜਿਹੜਾ ਬੰਦਾ ਫੜਿਆ ਗਿਆ ਉਹ ਰਵਿੰਦਰ ਸਿੰਘ ਰਾਜਾ। ਬੇਸਿਕਲੀ ਚੀਜ਼ ਇਹ ਹੈ ਕਿ ਇਹ ਦਿਸ ਔਰਗਨਾਈਜੇਸ਼ਨ ਇਜ਼ ਟਰਾਈਂਗ ਟੂ ਕ੍ਰੀਏਟ ਨਿਊਸਿਸ ਇਨ ਪੰਜਾਬ। ਇਹਦੀ ਪੀਸ ਨੂੰ ਡਿਸਟਰਬ ਕਰਨ ਲਈ ਇਹ ਫੋਰਨ ਬੈਠ ਕੇ ਫੰਡਿੰਗ ਕਰ ਰਹੇ ਨੇ, ਔਰ ਪੰਜਾਬ ਦੇ ਜਿਹੜੇ ਵਿਚਾਰੇ ਸ਼ਰੀਫ ਯੂਥ ਨੇ ਉਹਨਾਂ ਨੂੰ ਰਿਕਰੂਟ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਪੰਜਾਬ ਦੀ ਪੀਸ ਨੂੰ ਭੰਗ ਕੀਤਾ ਜਾ ਸਕੇ। ਸੋ ਜਿਹੜਾ ਇਹਨਾਂ ਦਾ ਕਲੇਮ ਹੈ ਕਿ ਦੇਖੋ ਜੀ, ਅਸੀਂ ਇੱਕ ਡੈਮੋਕ੍ਰੇਟਿਕ ਔਰਗਨਾਈਜੇਸ਼ਨ ਹੈ, ਅਸੀਂ ਵਾਇਲੈਂਸ ਬਿਲੀਵ ਨਹੀਂ ਕਰਦੇ, ਅਸੀਂ ਪੰਜਾਬ 'ਚ ਕਿਸੇ ਨੈਗੇਟਿਵ ਐਕਟੀਵਿਟੀ ਨੂੰ, ਟੈਰਰਿਸਟ ਐਕਟੀਵਿਟੀ ਨੂੰ ਫੰਡਿੰਗ ਨਹੀਂ ਕਰਦੇ। ਇਹਦੇ ਨਾਲ ਉਹ ਸਾਰਾ ਐਕਸਪੋਜ਼ ਹੋ ਜਾਂਦਾ ਕਿ ਫੰਡਿੰਗ ਵੀ ਕਰ ਰਹੇ ਨੇ, ਯੂਥ ਨੂੰ ਰਿਕਰੂਟ ਵੀ ਕਰ ਰਹੇ ਨੇ, ਔਰ ਵਾਇਲੈਂਸ ਵੀ ਬਿਲੀਵ ਕਰਦੇ ਨੇ। ਤੋ ਇਹ ਤਿੰਨ ਬੰਦੇ ਅਸੀਂ ਫੜੇ ਨੇ ਅਲੋਂਗ ਵਿਦ ਵੈਪਨਸ ਐਂਡ ਅਦਰ ਪੈਰੀਫਰਲ ਇਕੁਪਮੈਂਟ ਆਲਸੋ। ਸਿੱਖਸ ਫਾਰ ਜਸਟਿਸ, ਇਹਨਾਂ ਦੇ ਜਿਹੜੇ ਹੈਡ ਹੈ ਉਹ ਤੁਹਾਨੂੰ ਮੈਂ ਦੱਸਿਆ, ਤਿੰਨ ਬੰਦੇ ਜਿਹੜੇ ਜਿਹਨਾਂ ਨਾਲ ਲਿੰਕ ਸੀਗੇ, ਗੁਰਪਤਵੰਤ ਸਿੰਘ ਪੰਨੂ, ਲੀਗਲ ਐਡਵਾਈਜ਼ਰ ਟੂ ਸਿੱਖਸ ਫਾਰ ਜਸਟਿਸ, ਪਰਮਜੀਤ ਸਿੰਘ ਪੰਮਾ ਯੂਕੇ, ਮਾਨ ਸਿੰਘ ਯੂਕੇ ਐਂਡ ਦੀਪ ਕੌਰ ਮਲੇਸ਼ੀਆ। ਸੋ ਇਹਨਾਂ ਦੀ ਫੰਡਿੰਗ ਬਾਹਰੋਂ ਹੋ ਰਹੀ ਸੀਗੀ। ਵੈਪਨ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ, ਵੈਪਨ ਜਿਹੜੇ ਇਹਨਾਂ ਤੋਂ ਰਿਕਵਰ ਕੀਤੇ ਨੇ, ਇਹ ਵਿਚਾਰੇ ਲੋਕਲ ਯੂਥ ਨੇ। ਤੋ ਤੁਹਾਡੇ ਮੀਡੀਅਮ ਦੇ ਨਾਲ ਮੈਂ ਸਾਰੇ ਪੰਜਾਬ ਦੇ ਯੂਥ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਹੋਏ, ਸਾਰੇ ਪੰਜਾਬ ਦੀ ਪੀਸ ਨੂੰ ਖਰਾਬ ਕਰਨਗੇ। ਆਪ ਬੰਦੇ ਬਾਹਰ ਬੈਠੇ ਨੇ, ਦੂਰ ਬੈਠੇ ਨੇ, ਲੇਕਿਨ ਸਾਡੇ ਬੱਚਿਆਂ ਨੂੰ ਗੁੰਮਰਾਹ ਕਰ ਰਹੇ। ਇਹ ਆਪਣੇ ਬੱਚਿਆਂ ਨੂੰ ਗੁੰਮਰਾਹ ਨਹੀਂ ਕਰ ਰਹੇ, ਸਾਡੇ ਬੱਚਿਆਂ ਨੂੰ ਗੁੰਮਰਾਹ ਕਰ ਰਹੇ ਜਿਹੜੇ ਇੱਥੇ ਲੋਕਲ ਨੇ, ਉਸੇ 'ਚ ਇਨਵੋਲਵਡ ਨੇ। ਦਿਸ ਇਜ਼ ਵਾਟ ਆਈ ਐਮ ਸੇਇੰਗ ਕਿ ਇਹਨਾਂ ਨੂੰ, ਇਹਨਾਂ ਦੀ ਪੈਸ਼ਨਸ ਨੂੰ ਨਾ ਐਕਸਪਲੋਇਟ ਕਰਕੇ ਇਹਨਾਂ ਨੂੰ ਦੱਸ ਰਹੇ ਨੇ ਕਿ ਇਸ ਵੀਕ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਆਪ ਪੈਂਫਲੈਟ ਵੰਡੋ, ਠੇਕਿਆਂ ਨੂੰ ਅੱਗ ਲਾਓ, ਰਿਲੀਜੀਅਸ ਕਮਿਊਨਲ ਫੀਲਿੰਗ ਦਿਓ ਲੋਕਾਂ ਨੂੰ, ਹਿੰਦੂ ਸਿੱਖ ਦੀ ਡਿਵਾਈਡ ਲਿਆਓ, ਤਾਂ ਕਿ ਜਿਹੜਾ ਸੋਸ਼ਲ ਫੈਬਰਿਕ ਹੈ ਉਹ ਖਰਾਬ ਹੋਵੇ, ਖਤਮ ਹੋਵੇ। ਇਹਨਾਂ ਦਾ ਏਜੰਡਾ ਬਾਹਰ ਬੈਠਿਆਂ ਦਾ ਲੋਕ 2020 ਕਰਨ ਲੱਗ ਪੈਣ, ਹਾਲਾਂਕਿ ਲੋਕਲ ਕਿਸੇ ਨੂੰ ਕੋਈ ਇੰਟਰਸਟ ਨਹੀਂ ਆਇਆ ਇਹਨਾਂ ਚੀਜ਼ਾਂ ਦੇ ਵਿੱਚ। ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।